Like the video, subscribe to the channel and press the bell icon for latest video update. दर्शकों इस वक्त असी जलंधर के सूर्या इनकलेव विच आ रोशन लाल शर्मा जी के घर रह गए हैं। इन्होंने घर में बहुत अच्छा एक नर्सरी बनाई हैगी, वख-वख तरह के बूटे हैगे आ। पहला इन्हां नाल असी थोड़ी जी घर ते गल करते हैं, फिर नाल ही इन्होंने प्रॉपर जिहड़ी नर्सरी जी दे विच तरह तरह के बूटे है, खास तौर पर मेडिसिनल प्लांट्स बहुत है। ये रोशन लाल शर्मा जी आ रहे हैं। शर्मा साहब बहुत बहुत सत श्री अकाल। सत श्री अकाल जी। हाँ, तो तुम बहुत वधिया काम कर रहे हो, आ जाओ साडे दर्शकों नाल रूबरू कराइए कि थोड़े शौक है। पहला घर के अंदर ही देख लीए आ की चीज़ है शर्मा साहब। सर जी प्लांट जिहड़ा पत्थर चढ़ता प्लांट है। अच्छा, पत्थर चढ़ता बहुत ही यूनीक प्लांट है। देखो ये पत्तियां दे उत्ते अगले पौधे तैयार होंदे आ। ओहो, अच्छा, पत्तियां ते ओनली द ओनली प्लांट जिहड़ा बीज तो नहीं। अच्छा, पत्तियां तो ये देखो छोटे छोटे है। ओ अच्छा अच्छा, वाह, बहुत ही पत्थरी नु खत्म करन वास्ते इस पत्ते दा रस जिहड़ा है, हां जी, वो पिलाया जांदा है पत्थरी वाले नु। आ की चीज़ है, आ वाला केड़ा बूटा है? ਇਹ ਬੂਟਾ ਗ੍ਰੀਨਰੀ ਵਧਾਉਂਦਾ ਜੀ। ਅੱਛਾ, ਗ੍ਰੀਨਰੀ ਵਧਾਉਂਦਾ। ਆ ਜੋ ਡੈਕੋਰੇਟਿਵ ਲੱਗਦਾ, ਆ ਥੱਲੇ ਅਜਵਾਇਨ ਦਾ ਬੂਟਾ ਜੀ। ਹਾਂਜੀ ਹਾਂਜੀ, ਆ ਲੈਮਨ ਗ੍ਰਾਸ ਦਾ ਹੈਗਾ ਜੀ। ਹਾਂਜੀ ਸ਼ਰਮਾ ਸਾਹਿਬ, ਇਹ ਕੀ ਚੀਜ਼ ਆ? ਇਹ ਪਲਾਂਟ ਵੀਰ ਜੀ ਵਿਸ਼ਨੂੰ ਤੁਲਸੀ ਦਾ ਪਲਾਂਟ ਹੈ। ਵਿਸ਼ਨੂੰ ਤੁਲਸੀ, ਇਹ ਪਹਿਲੀ ਵਾਰੀ ਮੈਂ ਪਲਾਂਟ ਦੇਖਿਆ ਹੈਗਾ ਜੀ। ਆਮ ਤੌਰ 'ਤੇ ਲੋਕ ਇੱਕ ਜਾਂ ਦੋ ਤੁਲਸੀਆਂ ਦੇ ਬਾਰੇ 'ਚ ਜਾਣਦੇ ਹੈ। ਹਾਂਜੀ, ਪਰ ਤੁਲਸੀਆਂ ਪੰਜ ਪ੍ਰਕਾਰ ਦੀਆਂ। ਅੱਛਾ, ਪੰਜ ਪ੍ਰਕਾਰ ਦੀਆਂ ਤੁਲਸੀਆਂ ਹੁੰਦੀਆਂ। ਅੱਛਾ, ਮੇਰੇ ਕੋਲ ਇਸ ਵੇਲੇ ਚਾਰ ਪ੍ਰਕਾਰ ਦੀਆਂ ਤੁਲਸੀਆਂ ਦੇ ਪੌਦੇ ਹੈਗੇ ਹੈ। ਅੱਛਾ, ਇਹ ਹੈਲਥ ਲਈ ਬਹੁਤ ਹੀ ਜ਼ਿਆਦਾ ਯੂਜ਼ਫੁਲ ਹੈ। ਵੈਰੀ ਗੁੱਡ, ਵੈਰੀ ਗੁੱਡ। ਬਹੁਤ ਘੱਟ ਪਾਈ ਜਾਂਦੀ ਹੈ ਇੱਥੇ, ਪਰ ਹੈ ਜ਼ਰੂਰ ਹੈ। ਇਹਨੂੰ ਇਸਤੇਮਾਲ ਚਾਹ ਵਗੈਰਾ ਜਾਂ ਕਿਵੇਂ, ਚਟਨੀ ਵਗੈਰਾ? ਜਿਸ ਤਰ੍ਹਾਂ ਦੂਜੀ ਆਪਾਂ ਤੁਲਸੀਆਂ ਨੂੰ ਇਸਤੇਮਾਲ ਕਰਦੇ ਹਾਂ, ਹਾਂਜੀ, ਉਸੇ ਤਰ੍ਹਾਂ ਇਹਦਾ ਵੀ ਇਸਤੇਮਾਲ ਕਰੀਦਾ। ਬਹੁਤ ਅੱਛਾ, ਇਹ ਹੈਗਾ ਅੱਗੇ, ਆਹ ਤਾਂ ਲੱਗਦਾ ਕੜੀ ਪੱਤਾ ਹੈ ਜੀ। ਇਹ ਕੜੀ ਪੱਤੇ ਦਾ ਪਲਾਂਟ ਹੈ। ਹਾਂਜੀ, ਇਹਨੂੰ ਅਸੀਂ ਪ੍ਰਤੀ ਦਿਨ ਆਪਣੇ ਘਰ ਦੇ ਮੂਹਰੇ ਬਿਲਕੁਲ ਈਜ਼ੀ ਅਪਰੋਚਿੰਗ 'ਤੇ ਲਗਾ ਦਾ ਹੈ। ਹਾਂਜੀ, ਕਿ ਹਰ ਰੋਜ਼ ਸਵੇਰੇ ਅਸੀਂ ਇਹਨੂੰ ਆਪਣੇ ਗਰਮ ਪਾਣੀ ਦੇ ਵਿੱਚ ਕਾੜ ਕੇ ਆਪਣਾ ਕਾੜਾ ਬਣਾ ਕੇ ਪੀਂਦੇ ਹਾਂ। ਚਾਹ ਚਾਹ, ਇਹ ਯੂਰਿਕ ਐਸਿਡ ਵਾਲਿਆਂ ਲਈ ਬਹੁਤ ਹੀ ਲਾਭ। ਅੱਛਾ, ਯੂਰਿਕ ਐਸਿਡ ਵਾਲਿਆਂ ਲਈ ਵਧੀਆ। ਅੱਛਾ, ਆਹ ਤਾਂ ਪਪੀਤੇ ਦਾ ਲੱਗਦਾ ਹੈਗਾ ਨਾ, ਕਾਫੀ ਉੱਚਾ ਹੋ ਗਿਆ ਜੀ। ਹਾਂਜੀ, ਪਪੀਤਾ, ਹਾਂਜੀ, ਕਾਫੀ ਅੱਛਾ ਫਲ ਹੈ। ਹਾਂਜੀ, ਪੇਟ ਲਈ ਲੱਗਦੇ ਵੀ ਆ ਪਪੀਤੇ? ਇਹਨੂੰ ਕਿਵੇਂ ਲੱਗਦੇ ਆ ਜੀ? ਲੱਗਦੇ, ਅੱਛਾ ਲੱਗਦੇ ਆ। ਹਾਂ, ਇਹ ਬੇਲ ਇੱਕ ਉਹ ਉੱਪਰ ਟੌਪ ਤੱਕ ਦੇਖੋ, ਤੀਜੀ ਮੰਜ਼ਿਲ ਤੱਕ ਚਲੀ ਗਈ ਹੈ। ਹਾਂਜੀ, ਇਹ ਹੈਗੀ ਹੈ ਗਰਜ਼ਿਵ, ਇਸ ਪਲਾਂਟ ਦਾ ਨਾਮ ਗਰਜ਼ਿਵ ਹੈ ਬੇਲ ਦਾ। ਹਾਂਜੀ, ਇਹਦੇ ਜੜ੍ਹਾਂ ਦੇ ਵਿੱਚ ਜਿਮੀਕਨ, ਹਾਂ, ਅਤੇ ਉੱਤੇ ਜਿਹੜਾ ਉਹ ਫਲ ਲੱਗਦੇ ਆ ਜਿਹਨਾਂ ਦੀ ਸਬਜ਼ੀ ਬਣਾਈ ਜਾਂਦੀ। ਓ ਅੱਛਾ ਅੱਛਾ, ਬਹੁਤ ਹੀ ਵਧੀਆ ਅੱਜ ਦੀ ਸਬਜ਼ੀ ਹੁੰਦੀ ਹੈ। ਹਾਂ, ਆ ਦਰਸ਼ਕੋ ਤੁਸੀਂ ਦੇਖ ਰਹੇ ਹੋ, ਵੈਰੀ ਗੁੱਡ। ਹਾਂਜੀ ਜੀ, ਇਹ ਤੋਂ ਅਗਲਾ ਪਲਾਂਟ ਨਿੰਬੂ ਦਾ ਹੈ ਜੀ, ਬਾਰਾਂ ਮਾਸੀ ਨਿੰਬੂ ਹੈ। ਅੱਛਾ, ਬਾਰਾਂ ਮਾਸੀ ਨਿੰਬੂ, ਹਾਂਜੀ। ਅੱਛਾ, ਦੇਖੋ ਹੁਣ ਵੀ ਈਜ਼ੀਲੀ ਘਰ ਦੇ ਵਿੱਚ, ਮੈਂ ਤਾਂ ਇਹ ਕਹਾਂਗਾ ਹਰ ਘਰ ਦੇ ਵਿੱਚ ਜਿਹੜਾ ਇੱਕ ਨਿੰਬੂ ਦਾ ਪਲਾਂਟ ਜ਼ਰੂਰ ਹੋਣਾ ਚਾਹੀਦਾ। ਹਾਂਜੀ ਹਾਂਜੀ, ਕਿ ਤੁਸੀਂ ਵਿਟਾਮਿਨ ਸੀ ਦੀ ਇਨਟੇਕ ਜਿਹੜੀ ਹੈ ਉਹ ਕਰ ਸਕੋ। ਹਾਂਜੀ ਹਾਂਜੀ ਹਾਂਜੀ, ਇਸੇ ਤਰ੍ਹਾਂ ਆਹ ਪਲਾਂਟ ਫਿੱਕ ਦਾ ਪਲਾਂਟ ਹੈ। ਅੱਛਾ, ਹਾਂ, ਇਹ ਫਿੱਕ ਦਾ ਪਲਾਂਟ, ਫਿੱਕ ਲੱਗੇ ਦੇ ਹੈ ਉਹ ਅੰਜੀਰ। ਹਾਂ, ਜੈਸ ਜੈਸ, ਹਾਂ, ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਘਣੀ ਜਗ੍ਹਾ 'ਚ ਲੱਗਿਆ। ਹਾਂ, ਇਹ ਇਸ ਕਰਕੇ ਇਹਦੀ ਗਰੋਥ ਹਜੇ ਸਲੋ ਹੈਗੀ ਹੈ, ਇਹ ਬਹੁਤ ਵੱਡਾ ਹੋ ਜਾਂਦਾ ਹੁੰਦਾ ਹੈਗਾ। ਚਲੋ, ਇਹ ਕਦੋਂ ਕਲਾਇਆ ਸੀ ਫਿੱਕ ਦਾ ਪਲਾਂਟ? ਅੰਜੀਰ ਦਰਸ਼ਕੋ ਜਿਹਨੂੰ ਕਹਿੰਦੇ ਹੈਗੇ ਆਮ ਭਾਸ਼ਾ ਵਿੱਚ, ਇਹਨੂੰ ਲਗਾਏ ਨੂੰ 2 ਸਾਲ ਹੋਇਆ ਪਰ। ਅੱਛਾ, ਕਾਫੀ ਵੱਡਾ ਹੋ ਗਿਆ ਨਾ। ਇਹਦੇ ਨਾਲ ਹੀ ਪਨਸੁਟੀਆ ਦਾ ਪਲਾਂਟ ਹੈ, ਇਹ ਅਗਲਾ ਵਾਲਾ। ਇਹ ਕਿਹੜਾ ਕਹਿੰਦੇ? ਇਹ ਪਨਸੁਟੀਆ ਹੈ, ਆਹ ਵਾਲਾ। ਇਸ ਪਨਸੁਟੀਆ ਦਾ ਇਹ ਗੁਣ ਹੈ ਕਿ ਇਹਨੂੰ ਜਿਹੜਾ ਹੈ ਇਸ ਵੇਲੇ ਗ੍ਰੀਨ ਨਜ਼ਰ ਆ ਰਿਹਾ। ਹਾਂਜੀ, ਹੁਣ ਇਹਦਾ ਜਿਸ ਵੇਲੇ ਸੀਜ਼ਨ ਆਉਣਾ ਹੈ ਅੱਗੇ ਸਰਦੀਆਂ ਦਾ, ਤਾਂ ਬਿਲਕੁਲ ਰੈੱਡ ਪੱਤੇ ਹੋ ਜਾਣੇ, ਵੈਰੀ ਮੱਚ ਅਟਰੈਕਟਿਵ। ਇਹ ਸਾਰੇ ਗ੍ਰੀਨ ਪੱਤੇ ਜਿਹੜੇ ਰੈੱਡ ਪੱਤੇ ਹੋਣੇ ਹੈ। ਇਹਦੇ ਪਲਾਂਟ ਦਾ ਨਾਂ ਕੀ ਦੱਸਿਆ? ਇਹ ਪਨਸੁਟੀਆ ਹੈ। ਪਨਸੁਟੀਆ ਜੀ ਜੀ, ਬਹੁਤ ਅੱਛਾ। ਅੱਛਾ, ਰੈੱਡ ਪੱਤੇ ਹੋ ਜਾਣੇ, ਵੈਰੀ ਗੁੱਡ, ਵੈਰੀ ਗੁੱਡ। ਇਸੇ ਤਰ੍ਹਾਂ ਨਾਲ ਜਿਹੜੀ ਇੱਕ ਬੜੀ ਸਮਾਜ ਦੇ ਲਈ ਲਾਭਕਾਰੀ ਚੀਜ਼ ਹੈ, ਇਹ ਸ਼ਤਾਵਰ ਹੈ। ਸ਼ਤਾਵਰ, ਹਰੀ ਵੇਲ ਜਿਹੜੀ ਹੈ, ਸ਼ਤਾਵਰ ਦੀ ਵੇਲ ਹੈ। ਹਾਂ ਹਾਂ, ਹਾਂਜੀ ਹਾਂ ਹਾਂ। ਇਹ ਸ਼ਤਾਵਰ ਦੇ ਕੀ ਯੂਜ਼ ਹੁੰਦੇ ਹੈਗੇ ਪਰ ਸਾਹਿਬ? ਇਹਦੀਆਂ ਜੜ੍ਹਾਂ ਜਿਹੜੀਆਂ, ਹਾਂ ਹਾਂ, ਇਹ ਸਫੇਦ ਮੂਸਲੀ, ਸ਼ਤਾਵਰ, ਅਤੇ ਇੱਕ ਆਈਟਮ ਹੋਰ ਹੈ ਇਹਨਾਂ ਤਿੰਨਾਂ ਦਾ, ਹਾਂ, ਆਪਣੀ ਅਸ਼ਵਗੰਧਾ। ਅਸ਼ਵਗੰਧਾ, ਇਹਨਾਂ ਦੀਆਂ ਤਿੰਨਾਂ ਦੀਆਂ ਜੜ੍ਹਾਂ ਦਾ ਚੂਰਨ ਬਣਾ ਕੇ ਅਮਿਊਨ ਸਿਸਟਮ ਨੂੰ ਸਟੈਂਥਨ ਕਰਨ ਲਈ, ਹਾਂਜੀ, ਇਹ ਦਿੱਤੀ ਜਾਂਦੀ ਹੈ ਔਰ ਬਹੁਤ ਹੀ ਯੂਜ਼ਫੁਲ ਮੈਡੀਸਨ ਹੈ। ਬਹੁਤ ਅੱਛੀ ਗੱਲ। ਇਹ ਸਾਡੇ ਉੱਪਰ ਸਿਰ ਦੇ ਉੱਤੇ ਜਿਹੜਾ ਹੈ ਅਮਰਪਾਲੀ ਮੈਂਗੋ, ਇਹ 10 ਸਾਲ ਅਮਰਪਾਲੀ। ਅੱਛਾ, ਕਿੰਨੇ ਕੁ 10 ਸਾਲ ਦਾ ਹੋ ਗਿਆ? ਜੀ ਜੀ ਜੀ, ਗੁੱਡ ਗੁੱਡ। ਅਪਰੋਕਸੀਮੇਟ
लगभग एक क्विंटल के करीब अंब लग गया सी, पर वो चढ़ गया, अजी भी है गया, वो दो अंब अच्छा, नजर आ रहे हैं। अच्छा अच्छा, एक क्विंटल दे करीब अंब लगे थे यार, इतने बड़े बूटे थे सीगे, नेरियां नाल चढ़ गए, मगर साडे पल्ले फिर भी कोई 20 किलो रह गया। अच्छा, इस छोटे जे बूटे तो बहुत ही मीठा और बहुत बढ़िया प्लांट है। हां, इस प्लांट दी ज्यादा से ज्यादा लगाया जाए, ए मतलब इहदा छोटी थोड़ी थां दे विच भी हो जांदा, 10 साल दे विच सिर्फ इन्ना वड्डा ही होया। अच्छा, प्रोडक्ट दी बहुत मीठा हैगा और पहले ही साल कलम तो लाया प्लांट जिहड़ा वो फल देण लग जांदा। अच्छा अच्छा जी, वेरी गुड वेरी गुड। इसे तरह अपना फ्लावरिंग प्लांट है गया है, हाँ जी, साडे कोल स्नेक प्लांट है, ये कड़ा इनू असी नागदौन कहने हैं, नागदौन कहते जिथे ये पौधा होंदा उत्थे नाग देवता नहीं आंदे है। अच्छा, जिथे यो होंदा उत्थे नाग नहीं आंदा, मतलब है एक नवा चीज हैगी है, लसन ਆਪਾਂ ਨੂੰ ਲਸਣ ਦੂਜੀ ਕਿਸਮ ਦਾ ਹੁੰਦਾ, ਇਹ 12 ਮਾਸੀ ਲਸਣ ਤਿਆਰ ਕੀਤਾ ਜਾਂਦਾ ਜੀ। ਅੱਛਾ, 12 ਮਾਸੀ 12 ਮਹੀਨੇ ਰਹਿੰਦਾ। ਵਧੀਆ। ਆਹ ਮਰਿੰਗਾ ਪਲਾਂਟ ਹੈ। ਅੱਛਾ, ਇਹ ਮਰਿੰਗਾ, ਹਾਂ ਮਰਿੰਗਾ ਦੀ ਬਹੁਤ ਅੱਛੀ ਫੂਡ ਵੈਲਿਊ ਹੈ ਦਰਸ਼ਕੋ ਜੀ। ਹਾਂ, ਇਹ ਆਹ ਪਨੀਰੀ ਤਿਆਰ ਕੀਤੀ ਹੈ ਤੁਸੀਂ? ਜੀ ਜੀ। ਇਸੇ ਤਰ੍ਹਾਂ ਨਾਲ ਆਹ ਕਿਹੜਾ ਅੰਬ ਦਾ ਬੂਟਾ? ਇਹ ਜਾਮਣ ਹੈ। ਅੱਛਾ, ਇਹ ਜਾਮਣ ਹੈ, ਵੈਰੀ ਗੁੱਡ। ਇਹ ਆਂਵਲਾ ਹੈ, ਇਹ ਪਿਲਕਨ ਹੈ। ਆਂਵਲਾ ਕਿਹੜਾ? ਆਂਵਲਾ ਇਹਨਾਂ 'ਚ ਇਹ ਪਲਾਂਟ ਹੈ। अच्छा, ये आमले दा। हाँ, अच्छा अच्छा, ये नींबू दी प्रजाति दा प्लांट है, ये बिना सीडलेस नींबू है जी। अच्छा, सीडलेस नींबू जी, ये 12 मासी नींबू है, देखो ए दे विच ही फुल आ गया था। देखो गमले दे विच इसे वेले फुल आ गया था। बहुत ही वधिया प्लांट है गया। एक ए प्लांट है मेरे को, बहुत ही प्रीशियस प्लांट है, इनू ब्रह्म फूल कहा जाता और ये पत्ते तो तैयार किया जाता है, पत्ता ही रोपया दा है, ये को पौधा मिल गया, जिसलिए यदा फ्लावर आना तो इतना वड्डा फ्लावर हों। अच्छा, बहुत ही बेस्ट आइटम है। अच्छा, गुड गुड। इसी तरह असीं नींबू प्रजाति नूं इदां दे ड्रमां दे विच भी लगा सकदे हां। हां जी हां जी, और इहदे च फल दिंदे आ। वाह वाह वाह, बहुत अच्छा। आ पिपल भी आ? जी जी जी। जे छोटा रखना होवे पिपल ते ओ रह जांदा इदां, मतलब मतलब बहुता जे ना करना पैंदा उहनूं बोनी करन लई। हां 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 जी, बोनसाई करन लई जिहड़ा उहनूं कटना पैंदा, बोनसाई हो जांदा जी। हाँ जी हाँ जी। इसे तरह वो अपने को हैगी एलोवेरा है। हाँ जी, है दूजे प्लांट है, सारे तो मनी प्लांट है, सारे तो वधिया, देखो कितना वधिया डेकोरेटिव लग रहा। हाँ जी हाँ जी, मनी प्लांट तो बाकी वधिया, बहुत वधिया। इसे तरह इहदे विच आक है। अच्छा, हाँ आक, एकदम मतलब इस जमीन ते पैदा होने वाली हर चीज़ जिहड़ी है वो मेडिसिनल है। इहदे नाल ही आक दे नाल ही आ प्लांट हैगा, आज छोटा जिहा, पौधे रखे दे लगाण लई। ਇਹ ਕਦੇ ਲਈ ਕਰਾਉਂਦਾ, ਕਦੇ ਲਈ ਯੂਜ਼ਫੁਲ ਹੁੰਦਾ ਹੈਗਾ? ਦਾ ਦਾ ਅਚਾਰ ਪਾਇਆ ਜਾਂਦਾ ਹੈ, ਇਹ ਵਿਟਾਮਿਨ ਸੀ ਦਾ ਰਿਚ ਸੋਰਸ ਹੈ। ਇਹਨੂੰ ਅਸੀਂ ਅਚਾਰ ਚਟਨੀਆਂ ਬਣਾਉਂਦੇ ਹਾਂ, ਜਿਹਨੂੰ ਅਸੀਂ ਕਹਿੰਦੇ ਹਾਂ ਡੇਲਿਆਂ ਦਾ ਅਚਾਰ। ਹਾਂ, ਕਰਾਉਂਦੇ ਦੇ ਫਲਾਂ ਦਾ ਹੁੰਦਾ ਇਹ ਭਾਰਤ ਸਾਹਿਬ ਆਪਣਾ, ਜਿਹਨੂੰ ਅਸੀਂ ਪੱਤੇ ਚਾਵਲਾਂ ਦੇ ਵਿੱਚ ਪਾਉਂਦੇ ਹਾਂ, ਕੀ ਕਹਿੰਦੇ ਹਾਂ ਉਹਨੂੰ, ਖੁਸ਼ਬੂਦਾਰ। ਅੱਛਾ, ਹਾਂ ਹਾਂ, ਉਹ ਤੇਜ਼ ਪੱਤਾ ਹੈ, ਤੇਜ਼ ਪੱਤਾ। ਹਾਂ ਹਾਂ। खट्टी लस्सी जिहड़ी है ओह वी विच पा लो, ओह विच पा लो, निम दे पत्ते पा लो, बाकी लाल मिर्चां पा लो, इस तरह दीआं चीज़ां उबाल के कौड़े पत्ते अक दे पत्ते पा लो, उहदा छिड़काव करके फिर इहदा ठीक हो जांदा। ਅੱਛਾ ਅੱਛਾ, ਇਹ ਹਰੜ ਦਾ ਪਲਾਂਟ ਹੈ। ਅੱਛਾ, ਇਹ ਹਰੜ ਦਾ ਤੇ ਆਂਵਲਾ ਤੇ ਬਹੁਤ ਹੈਗਾ ਪੰਜਾਬ ਦੇ ਵਿੱਚ, ਪਰ ਹਰੜ ਦਾ ਪੇੜ ਜਿਹੜਾ ਹੈ, ਅੱਛਾ ਅੱਛਾ, ਬਹੁਤ ਘੱਟ ਹੈ। ਵਾਹ ਵਾਹ, ਇਹ ਹਰੜ ਦੇ ਪੌਦੇ ਮੈਂ ਆਪਣੇ ਸਹਾਰਨਪੁਰ ਤੋਂ ਮੰਗਵਾ ਕੇ 3 ਸਾਲ ਪਹਿਲਾਂ। ਅੱਛਾ, ਇਹ ਹਰੜ ਦੇ ਆ ਸਾਰੇ? ਜਗ੍ਹਾ ਜਗ੍ਹਾ ਤੇ ਪਲਾਂਟ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਅੱਛਾ, ਆ 3 ਪਲਾਂਟ ਮੇਰੇ ਕੋਲ ਹਰੜ ਦੇ ਇਸ ਵੇਲੇ ਹੈਗੇ ਆ, ਇਹਨਾਂ ਨੂੰ ਮੈਂ ਹੁਣੇ ਪਲਾਂਟੇਸ਼ਨ ਕਰਨ ਜਾ ਰਿਹਾ। ਹਾਂਜੀ ਹਾਂਜੀ, ਬਹੁਤ ਜਲਦੀ ਪ੍ਰੋਪਰ ਪਲੇਸ ਤੇ ਜਿੱਥੇ ਜਿੰਦਾ ਰਹਿ ਸਕਾਂ। ਹਾਂਜੀ ਹਾਂਜੀ, ਇੱਕ ਆਹ ਪਲਾਂਟ ਹੈ, ਇਹ ਵੀ ਪੰਜਾਬ ਦੇ ਵਿੱਚ ਬਹੁਤ ਘੱਟ ਮਿਲਦਾ। ਹਾਂਜੀ, ਇਹ ਲਸੂੜਾ ਹੈ। ਉਹ ਲਸੂੜਾ, ਉਹ ਯੈਸ ਯੈਸ, ਹਾਂ ਹਾਂ, ਪੁਰਾਣੇ ਬੰਦੇ ਜਾਣਦੇ ਆ, ਛੋਟੇ ਹੁੰਦੇ ਲਸੂੜੇ ਖਾਂਦੇ ਹੁੰਦੇ ਸੀ। ਹਾਂਜੀ, ਇਹ ਤਾਂ ਬਹੁਤ ਦੇਰ ਬਾਅਦ ਮੈਂ ਦੇਖਿਆ ਹੈਗਾ। ਇਸ ਵੇਲੇ ਲਸੂੜੀਆਂ ਤੇ ਪੰਜਾਬ ਵਿੱਚ ਬਹੁਤ ਮਿਲਦੀਆਂ, ਹਾਂ, ਪਰ ਲਸੂੜੇ ਦੇ ਪਲਾਂਟ ਘੱਟ ਹੈਗੇ, ਇਸ ਕਰਕੇ ਉਹ ਪ੍ਰਜਾਤੀਆਂ ਜਿਹੜੀਆਂ ਲੁਪਤ ਹੋ ਰਹੀਆਂ। ਹਾਂਜੀ, ਮੈਂ ਉਹਨਾਂ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਵਿੱਚ
ਹਾਂਜੀ ਹਾਂ ਆਪਣੀ ਵੱਲੋਂ ਕੋਸ਼ਿਸ਼ ਕਰਦਾ ਜੀ ਹਾਂਜੀ ਇਹ ਸ਼ਹਿਤੂਤ ਦਾ ਪਲਾਂਟ ਹੈ ਉਹ ਇਹ ਸ਼ਹਿਤੂਤ ਕਿਆ ਬਾਤ ਹਾਂ 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 ਇਸੇ ਤਰ੍ਹਾਂ ਇਹ ਹਰੜ ਦਾ ਤੂਤੀਆਂ ਲੱਗਦੀਆਂ ਸੀ ਛੋਟੇ ਹੁੰਦੇ ਤੂਤੀਆਂ ਵੀ ਖਾਂਦੇ ਸੀ ਅੱਜ ਕੱਲ੍ਹ ਤਾਂ ਉਹ ਖਤਮ ਹੀ ਹੋ ਗਿਆ ਕਲਚਰ ਹੀ ਖਤਮ ਹੋ ਗਿਆ ਹਨਾ ਇਸੇ ਤਰ੍ਹਾਂ ਨਾਲ ਜਿਹੜਾ ਪਪੀਤਾ ਖਾ ਕੇ ਬੀਜ ਬਾਹਰ ਸੁੱਟਦੇ ਹਾਂ ਹਾਂ ਉਹਨੂੰ ਜੇ ਆਪਾਂ ਇੱਦਾਂ ਘਰ ਦੇ ਲਾ ਕੇ ਕਿਤੇ ਕੱਚੀ ਥਾਂ ਸੁੱਟੀਏ ਤਾਂ ਪੌਦੇ ਆਪਣੇ ਆਪ ਹੋ ਜਾਂਦੇ ਇਹਨਾਂ ਨੂੰ ਹੁਣ ਬਰਸਾਤ ਵਿੱਚ ਅਸੀਂ ਅੱਗੇ ਵਧਾ ਕੇ ਪੌਦਿਆਂ ਨੂੰ ਸ਼ੇਅਰ ਕਰ ਸਕਦੇ ਹਾਂ ਸਮਾਜ ਦੇ ਵਿੱਚ ਹੋਰ ਪੌਦੇ ਤਿਆਰ ਕਰ ਸਕਦੇ ਬਹੁਤ ਅੱਛੀ ਗੱਲ ਦਰਸ਼ਕੋ ਰੋਸ਼ਨ ਲਾਲ ਜੀ ਨੇ ਬਿਲਕੁਲ ਆਪਣੇ ਘਰ ਦੇ ਨਾਲ ਆਹ ਦੇਖੋ ਕਿੰਨੇ ਨਰਸਰੀ ਵਿੱਚ ਤਰ੍ਹਾਂ ਤਰ੍ਹਾਂ ਦੇ ਬੂਟੇ ਹੈਗੇ ਆ ਇਹ ਵੀ ਪੁੱਛਦੇ ਹੈਗੇ ਹਾਂਜੀ ਸ਼ਰਮਾ ਸਾਹਿਬ ਆਹ ਬਹੁਤ ਜ਼ਿਆਦਾ ਵੱਡੀਆਂ ਬੇਲਾਂ ਹੈਗੀਆਂ ਇਹ ਕਾਹਦੀਆਂ ਹੈਗੀਆਂ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਇਹ ਕਾਂਸ਼ੀ ਫਲ ਜਿਹਨੂੰ ਹਲਵਾ ਕੱਦੂ ਕਹਿੰਦੇ ਆ ਹਲਵਾ ਕੱਦੂ ਅੱਛਾ ਇਹ ਉਹਦੀਆਂ ਵੇਲਾਂ ਹੈਗੀਆਂ ਹਾਂਜੀ ਹਾਂਜੀ ਇਹ ਇਸ ਵੇਲੇ ਪੂਰੇ ਫੈਲਾਵ ਦੇ ਵਿੱਚ ਹੈਗੀਆਂ ਅਗਲੇ ਮਹੀਨੇ ਇਹਨਾਂ ਨੇ ਫਲ ਦੇਣਾ ਸ਼ੁਰੂ ਕਰਨਾ ਇਸ ਵੇਲੇ ਜੀ ਫੁੱਲ ਤਾਂ ਪੈਂਦਾ ਹੈ ਮਗਰ ਫਲ ਟਿਕਦਾ ਨਹੀਂ ਹਾਂਜੀ ਹਾਂਜੀ ਉਹ ਸਪਟੰਬਰ ਅਗਸਤ ਔਰ ਸਪਟੰਬਰ ਦੇ ਵਿੱਚ ਇਹਨਾਂ ਨੇ ਫਲ ਦੇਣਾ ਸ਼ੁਰੂ ਦੇਣੀ ਅੱਛਾ ਆਹ ਇੱਕ ਮੋਹਰੇ ਤੁਸੀਂ ਇਹਨਾਂ ਦੇ ਆ ਜਿਹੜੇ ਕੱਟ ਕੇ ਸੁੱਟੇ ਹੈਗੇ ਇਹਦਾ ਕੀ ਪਰਪਜ਼ ਹੁੰਦਾ ਹੈਗਾ ਇਹ ਵੀਰ ਜੀ ਇਹਨਾਂ ਬੇਲਾਂ ਨੂੰ ਚੜ੍ਹਨ ਵਾਸਤੇ ਹਾਂਜੀ ਬਜਾਏ ਮਿੱਟੀ ਦੇ ਅਗਰ ਕੁਝ ਅਸੀਂ ਇਹ ਸੁੱਟਿਆ ਹੋਏ ਟਹਿਣੇ ਸੁੱਟੇ ਹੋਣ ਜਿਹੜੇ ਵੇਸਟ ਸੀਗੀ ਹਾਂਜੀ ਪੌਦਿਆਂ ਦੇ ਉੱਤਰੇ ਦੇ ਟਹਿਣੇ ਆ ਉਹ ਇਹਦੇ 'ਤੇ ਸੁੱਟਦੇ ਆ ਜਿਹਨੇ ਥੱਲੇ ਵਾਲੇ ਘਾਹ ਨੂੰ ਵੀ ਮਾਰਤਾ ਹੈ ਹਾਂਜੀ ਅਤੇ ਬੇਲਾਂ ਨੂੰ ਦੇਖੋ ਕਿਸ ਤਰ੍ਹਾਂ ਬੜੀ ਈਜ਼ੀਲੀ ਚੱਲਣ ਵਾਸਤੇ ਮਿਲ ਗਿਆ ਇਹਦੇ 2-3 ਪਰਪਸ ਹੱਲ ਹੋਇਆ ਇਹਨੇ ਗਲਣ ਤੋਂ ਬਾਅਦ ਸਾਲ ਬਾਅਦ ਇਹਦੀ ਖਾਦ ਤਿਆਰ ਹੋ ਜਾਣੀ ਹੈ ਇਸ ਵੇਲੇ ਬੇਲਾਂ ਨੂੰ ਚੜ੍ਹਨ ਲਈ ਹੋ ਗਿਆ ਅਤੇ ਸਾਡੀ ਇਹ ਸਮੱਸਿਆ ਦੂਰ ਹੋ ਗਈ ਕਿ ਸੁੱਟੀਏ ਕਿੱਥੇ ਕਿਉਂਕਿ ਥੱਲੇ ਵਾਲਾ ਘਾਹ ਵੀ ਮਰ ਜਾਏਗਾ ਖਾਦ ਵੀ ਤਿਆਰ ਹੋ ਗਈ ਖਾਦ ਵੀ ਤਿਆਰ ਹੋ ਗਈ ਬੇਲਾਂ ਨੂੰ ਵੀ ਜਗ੍ਹਾ ਮਿਲ ਗਈ ਹੈ ਜੀ ਜੀ ਚਲੋ ਵਧੀਆ ਆ ਆਹ ਕੀ ਚੀਜ਼ ਹੈ ਇਹ ਵਾਲਾ ਪਲਾਂਟ ਬਹੁਤ ਹੀ ਪ੍ਰੀਸ਼ੀਅਸ ਪਲਾਂਟ ਹੈ ਜਨਾਬ ਇਹ ਸੁੰਢ ਦਾ ਪਲਾਂਟ ਹੈ ਅੱਛਾ ਸੁੰਢ ਦਾ ਪਲਾਂਟ ਹੈ ਆਮ ਲੋਕ ਸੋਚਦੇ ਆ ਕਿ ਅਦਰਕ ਤੋਂ ਸੁੰਢ ਬਣਾਈ ਜਾਂਦੀ ਹੈ ਹਾਂ ਮੈਂ ਵੀ ਇਹ ਸੋਚਦਾ ਸੀ ਹਾਂਜੀ ਪਰ ਸੁੰਢ ਜਿਹੜੀ ਹੈ ਉਹਦੇ ਪਲਾਂਟ ਉਹਦਾ ਬੀਜ ਅਲੱਗ ਹੈ ਇਹਦੀ ਖੁਸ਼ਬੂ ਅਲੱਗ ਹੈ ਇਹ ਸਾਰੇ ਹੀ ਪਲਾਂਟ ਸੁੰਢ ਦੇ ਪਲਾਂਟ ਲਾਏ ਅੱਛਾ ਸੁੰਢ ਦੇ ਨਾਲ ਆਹ ਕੀ ਆਹ ਕਿਹੜੇ ਪਲਾਂਟਸ ਆ ਆਹ ਪਲਾਂਟ ਸ਼ੱਕਰਕੰਦੀ ਦਾ ਹੈ ਅੱਛਾ ਸ਼ੱਕਰਕੰਦੀ ਇਹ ਸ਼ੱਕਰਕੰਦੀ ਦੀ ਸ਼ੱਕਰਕੰਦੀ ਨੂੰ ਬੋਇਆ ਜਾਂਦਾ ਅਤੇ ਇਹਦੀ ਅੱਗੇ ਜਿਹੜੀ ਵੇਲ ਚੱਲਦੀ ਹੈ ਜਿੱਦਾਂ ਆਹ ਚੱਲੀ ਦੀ ਹੈ ਇਹਦੇ 'ਤੇ ਮਿੱਟੀ ਪਾ ਕੇ ਵਧਾ ਕੇ ਇਹਨੂੰ ਅੱਛਾ ਵੇਲ ਚੱਲਦੀ ਹੈ ਅੱਗੇ ਤੋਂ ਅੱਗੇ ਸ਼ੱਕਰਕੰਦੀਆਂ ਤਿਆਰ ਹੁੰਦੀਆਂ ਅੱਛਾ ਇਹਨੂੰ ਪੋਲੀ ਜਗ੍ਹਾ ਚਾਹੀਦੀ ਹੈ ਅਤੇ ਸ਼ੱਕਰਕੰਦੀ ਦੇ ਵਿੱਚੋਂ ਨਿਕਲਦੀ ਹੈ ਬਹੁਤ ਵਧੀਆ ਇਹ ਕਿਹੜੇ ਬੂਟੇ ਹੈਗੇ ਆ ਰੋਸ਼ਨ ਜੀ ਸਰ ਜੀ ਇਹ ਅਕਰਕਰੇ ਦੇ ਅਕਰਕਰੇ ਪਲਾਂਟ ਹੈਗਾ ਅਤੇ ਇਹਦੇ ਫੁੱਲ ਜਿਹੜੇ ਹੈ ਇਹ ਬਹੁਤ ਹੀ ਕੰਮ ਆਉਂਦੇ ਆ ਬਿਮਾਰੀਆਂ ਦੇ ਵਿੱਚ ਦੰਤ ਰੋਗਾਂ ਵਾਸਤੇ ਇਹਦੀਆਂ ਜੜ੍ਹਾਂ ਤੱਕ ਦਾ ਮੰਜਨ ਬਣਾ ਕੇ ਵਰਤਿਆ ਜਾਂਦਾ ਔਰ ਇਹਦੇ ਫੁੱਲ ਇਮਿਊਨ ਸਿਸਟਮ ਨੂੰ ਸਟਰੈਂਥਨ ਕਰਨ ਲਈ ਵਰਤੇ ਜਾਂਦੇ ਆ ਜਿਹੜਾ ਬੰਦੇ ਨੂੰ ਸੁਸਤੀ ਪੈ ਰਹੀ ਹੋਵੇ ਗਿੱਡੀ ਨੇ ਸਾਰੀ ਹੋਵੇ ਇਹ ਇਹਨਾਂ ਦੀ ਵਰਤੋਂ ਕਰਕੇ ਬੰਦਾ ਚੁਸਤ ਹੋ ਜਾਂਦਾ ਬਹੁਤ ਵਧੀਆ ਇੰਨਾ ਕੁ ਸਲਾਈਵਾ ਚੱਲਦਾ ਮੂੰਹ ਤੋਂ ਨਾ ਹਾਂ ਮੈਂ 10 ਮਿੰਟ ਪਹਿਲਾਂ ਖਾਧਾ ਸੀ ਉਦੋਂ ਦਿੱਤੇ ਸੀ ਉਹਦੇ ਤਾਂ ਮੇਰੇ ਮੂੰਹ ਵਿੱਚ ਸਲਾਈਵਾ ਬਣੀ ਜਾ ਰਿਹਾ ਹੋਰ ਇੱਕ ਪੀਤਾ ਖਾਧਾ ਹਰ ਬੰਦਾ ਇਹਨੂੰ ਖਾ ਕੇ ਇਹ ਚਾਹੁੰਦਾ ਕਿ ਮੈਂ ਹੋਰ ਖਾਵਾਂ ਬਹੁਤ ਵਧੀਆ ਇਹ ਬਹੁਤ ਹੀ ਅੱਛਾ ਹੈ ਇਹਦੇ ਨਾਲ ਹੀ ਆਹ ਲੈਮਨ ਗ੍ਰਾਸ ਦੇ ਪਲਾਂਟ ਹੈਗੇ ਆ ਇਹ ਲੈਮਨ ਗ੍ਰਾਸ ਨਵੀਂ ਪਨੀਰੀ ਲਾਈ ਆ ਇਹਨਾਂ ਨੂੰ ਅੱਗੇ ਵਧਾਉਣ ਲਈ ਹਾਂਜੀ ਜੀ ਜੀ ਹਾਂਜੀ ਸ਼ਰਮਾ ਸਾਹਿਬ ਇਹ ਤੁਹਾਡਾ ਗਾਰਡਨ ਅਸੀਂ ਦਿਖਾ ਦਈਏ ਜਿਹੜੀ ਨਰਸਰੀ ਬਹੁਤ ਅੱਛੀ ਬਣਾਈ ਹੋਈ ਹੈਗੀ ਖਾਸ ਤੌਰ 'ਤੇ ਇਹਦੇ ਵਿੱਚ ਮੈਡੀਸਨਲ ਪਲਾਂਟਸ ਬਹੁਤ ਜ਼ਿਆਦਾ ਹੈਗੇ ਆ ਇਹ ਸਭ ਤੋਂ ਪਹਿਲਾਂ ਸ਼ਰਮਾ ਸਾਹਿਬ ਆ ਤੁਹਾਡੇ ਪੈਰਾਂ ਵਿੱਚ ਹੀ ਬੜੇ 2-3 ਤਰ੍ਹਾਂ ਦੇ ਪਲਾਂਟਸ ਹੈਗੇ ਇਹ ਕਿਹੜਾ ਹੈਗਾ ਇਹ ਬਹੁਤ ਹੀ ਵਧੀਆ ਪਲਾਂਟ ਹੈ ਜੀ ਹਾਂਜੀ ਇਹਨੂੰ ਆਪਾਂ ਨਿਆਜ਼ਪੋ ਕਹਿੰਦੇ ਹਾਂ ਨਿਆਜ਼ਪੋ ਭਾਂਬੜ ਵੀ ਇਹਦਾ ਹੀ ਨਾਂ ਹੈ ਅੱਛਾ ਇਹ ਵਨ ਤੁਲਸੀ ਹੈ ਇਹ ਤੁਲਸੀ ਅੱਛਾ ਅੱਛਾ ਇਹਨਾਂ ਸਾਰੇ ਪੱਤਿਆਂ ਨੂੰ ਅਸੀਂ ਪ੍ਰਤੀ ਦਿਨ ਆਪਣੇ ਖਾਣੇ ਦੇ ਵਿੱਚ ਰਿਕਮੈਂਡ ਕਰਦੇ ਹਾਂ ਕਿ ਇਹਨਾਂ ਨੂੰ ਵਰਤਿਆ ਜਾਏ ਅਤੇ ਇਹਦੇ ਨਾਲ ਹੀ ਇਹਨੂੰ ਆਪਾਂ ਜਿਹੜਾ ਕਾੜਾ ਅੱਜ ਕੱਲ੍ਹ ਆਪਣੇ ਜੜੀ ਬੂਟੀਆਂ ਨੂੰ ਕਾੜ ਕੇ ਪੀਂਦੇ ਆ ਇਮਿਊਨ ਸਿਸਟਮ ਨੂੰ ਸੰਤਨ ਕਰਨ ਲਈ ਹਾਂ ਇਮਿਊਨ ਸਿਸਟਮ ਨੂੰ ਕਰੋਨਾ ਦਾ ਅੱਜ ਕੱਲ੍ਹ ਬੜਾ ਡਰ ਆ ਨਾ ਹਰ ਪਾਸੇ ਲੋਕ ਡਰਦੇ ਆ ਅਤੇ ਮੈਕਸਿਮਮ ਲੋਕ ਹੁਣ ਜਿਹੜਾ ਹੈ ਜੜੀ ਬੂਟੀਆਂ ਵੱਲ ਨੂੰ ਆ ਰਹੇ ਆ ਬਹੁਤ ਅੱਛੀ ਲੋਕਾਂ ਨੂੰ ਸਮਝ ਆ ਗਈ ਹੈ ਕਿ ਇਹਨਾਂ ਦੇ ਨਾਲ ਅਸੀਂ ਆਪਣੇ ਆਪ ਨੂੰ ਥੋੜ੍ਹਾ ਬਚਾ ਸਕਦੇ ਹਾਂ ਅਤੇ ਇਹਨਾਂ ਸਾਰਿਆਂ ਨੂੰ ਵਰਤਿਆ ਜਾਂਦਾ ਲੋਕ ਮੇਰੇ ਕੋਲ ਆਉਂਦੇ ਆ ਸ਼ੇਅਰ ਕਰਕੇ ਲੈ ਜਾਂਦੇ ਆ ਦੇਖੋ ਅੱਜ ਹੀ ਕੱਟ ਕੇ ਮੈਂ ਭੇਜਿਆ ਪੱਤੇ ਬਹੁਤ ਵਧੀਆ ਨਾਲ ਹੀ ਨੈਕਸਟ ਪਲਾਂਟ ਆਹ ਵਾਲਾ ਪਾਲਕ ਜਿਹਨੂੰ ਅਸੀਂ 12-ਮਾਸੀ ਪਾਲਕ ਹਾਂ ਆਹ ਦਰਸ਼ਕੋ 12-ਮਾਸੀ ਪਾਲਕ ਹੈਗੀ ਆ ਇਹ ਮੇਰੇ ਘਰ ਵੀ ਕੁਦਰਤੀ ਲੱਗੀ ਇਹਨਾਂ ਨੇ ਮੈਨੂੰ ਦਿੱਤੇ ਸੀ ਬੀਜ ਸਾਲ 'ਚ 12 ਮਹੀਨੇ ਪੂਰੀ ਰਹਿੰਦੀ ਹੈਗੀ ਆ ਇਹ ਲਾਉਣੀ ਹੋਵੇ ਤਾਂ ਕਿੱਦਾਂ ਲੱਗਦੀ ਹੈਗੀ ਆ ਇਹਦੇ ਵੀਰ ਜੀ ਇਹਦੀ ਡੰਡੀ ਨੂੰ ਕੱਟ ਕੇ ਹਾਂਜੀ
ਆਪਾਂ ਜਿੱਦਾਂ ਸਾਗ ਖਾਣ ਲਈ ਇਹਨੂੰ ਤੋੜਦੇ ਹਾਂ ਤੇ ਇਹ ਪੱਤਿਆਂ ਨੂੰ ਤਾਂ ਸਾਰਿਆਂ ਨੂੰ ਸਾਗ 'ਚ ਪਾ ਲਈਦਾ ਤੇ ਡੰਡੀਆਂ ਮੁੜ ਕੇ ਲਾ ਦੇ ਡੰਡੀਆਂ ਮੁੜ ਕੇ ਲਾ ਦੇਣੀ ਔਰ ਇਹ ਹਰ ਮੌਸਮ ਦੇ ਵਿੱਚ 12 ਮਹੀਨੇ ਜਦੋਂ ਵੀ ਲਗਾਓ ਲੱਗ ਜਾਂਦਾ ਹੈ ਹਾਂ ਅੱਛਾ ਬਹੁਤ ਵਧੀਆ ਔਰ ਵੈਰੀ ਈਜ਼ੀ ਪ੍ਰਕਿਊਰੇਬਲ ਹੈ ਬਹੁਤ ਅੱਛੀ ਗੱਲ ਆਹ ਤੁਹਾਡੇ ਹੱਥ ਵਿੱਚ ਸ਼ਰਮਾ ਸਾਹਿਬ ਇਹ ਕਿਹੜਾ ਬੂਟਾ ਹੈਗਾ ਇਸ ਪਲਾਂਟ ਦਾ ਨਾਮ ਮਧੂਨਾਸ਼ਨੀ ਹੈ ਜੀ ਮਧੂਨਾਸ਼ਨੀ ਅੱਛਾ ਤੇ ਕੌੜਾ ਹੁੰਦਾ ਟੇਸਟ ਦੇ ਵਿੱਚ ਅੱਛਾ ਤੇ ਡਾਇਬਟਿਕ ਜਿਹੜੇ ਬੰਦੇ ਹੈ ਉਹ ਇਹਨੂੰ ਸਵੇਰੇ 2 ਪੱਤੇ ਇਹਦੇ ਇਸਤੇਮਾਲ ਕਰਦੇ ਹੈ ਅੱਛਾ ਮਧੂਨਾਸ਼ਨੀ ਇਹਦੇ ਨਾਲ ਰਿਜ਼ਲਟ ਜਿਹੜੇ ਬਹੁਤ ਅੱਛੇ ਆ ਰਹੇ ਹੈ ਅੱਛਾ ਇਸੇ ਤਰ੍ਹਾਂ ਇਹਦੇ ਨਾਲ ਹੀ ਪਲਾਂਟ ਅਗਲਾ ਸ਼ੂਗਰ ਵਾਲਿਆਂ ਲਈ ਇਨਸੂਲਿਨ ਇਨਸੂਲਿਨ ਪਲਾਂਟ ਹੈ ਇਹਦਾ ਟੇਸਟ ਕੜਵਾ ਹੁੰਦਾ ਖੱਟਾ ਹੁੰਦਾ ਹੈ ਹਾਂਜੀ ਅਸੀਂ ਕੀ ਕਰਦੇ ਹਾਂ ਕਿ ਪਹਿਲਾਂ ਕੌੜੇ ਪੱਤੇ ਖਿਲਾ ਕੇ ਅਤੇ ਨਾਲ ਹੀ ਫਿਰ ਖੱਟਾ ਪੱਤਾ ਇਨਸੂਲਿਨ ਦਾ ਇਹ ਦਿੰਦੇ ਹਾਂ ਅਤੇ ਬੰਦੇ ਦਾ ਮੂੰਹ ਦਾ ਸਵਾਦ ਬਦਲ ਜਾਂਦਾ ਨਾਲੇ ਸ਼ੂਗਰ ਠੀਕ ਹੋ ਗਈ ਜਿਹੜਾ ਮੂੰਹ ਬੁਰਾ ਜਿਹਾ ਬਣਾਇਆ ਹੁੰਦਾ ਪਹਿਲਾਂ ਉਹ ਚੰਗਾ ਹੋ ਜਾਂਦਾ ਅਤੇ ਇਹਦੇ ਨਾਲ ਹੀ ਫਿਰ ਆਪਾਂ ਇਹ ਸਟੀਵੀਆ ਲਗਾਈ ਹੈ ਅੱਛਾ ਉਹ ਹਾਂ ਸਟੀਵੀਆ ਦਾ ਪੱਤਾ ਜਿਹੜਾ ਹੈ ਬਹੁਤ ਹੀ ਮਿੱਠਾ ਚੀਨੀ ਨਾਲੋਂ 250 ਗੁਣਾ ਜ਼ਿਆਦਾ ਮਿੱਠਾ ਹੈ ਇੱਕ ਪੱਤਾ ਇੱਕ ਚਾਹ ਦੇ ਕੱਪ ਇਹ ਜਿਹੜਾ ਪੱਤਾ ਆ ਸਟੀਵੀਆ ਦਾ ਚੀਨੀ ਨਾਲੋਂ 250 ਗੁਣਾ ਜ਼ਿਆਦਾ ਮਿੱਠਾ ਹੁੰਦਾ ਹੈਗਾ ਇਹ ਸਟੀਵੀਆ ਆਪਣੇ ਘਰ ਜ਼ਰੂਰ ਲਗਾਓ ਹਾਂਜੀ ਸ਼ਰਮਾ ਸਾਹਿਬ ਜੀ ਜਨਾਬ ਜੀ ਹਾਂਜੀ ਹਾਂਜੀ ਸ਼ਰਮਾ ਸਾਹਿਬ ਆਹ ਕੀ ਚੀਜ਼ ਆ ਇਹ ਪਲਾਂਟ ਜੀ ਲੈਮਨ ਗਰਾਸ ਦਾ ਪਲਾਂਟ ਲੈਮਨ ਗਰਾਸ ਅੱਛਾ ਜਿਹਨੂੰ ਅਸੀਂ ਗ੍ਰੀਨ ਟੀ ਦੇ ਨਾਂ ਨਾਲ ਵੀ ਜਾਣਦੇ ਹਾਂ ਇਸ ਪਲਾਂਟ ਨੂੰ ਵੀ ਬਹੁਤ ਜ਼ਿਆਦਾ ਡਿਮਾਂਡ ਵਿੱਚ ਆਏ ਔਰ ਜਿਨ੍ਹਾਂ ਨੂੰ ਇਸ ਪਲਾਂਟ ਦਾ ਟੇਸਟ ਇਹਦੀ ਚਾਹ ਦਾ ਟੇਸਟ ਮਿਲ ਗਿਆ ਦਾ ਹੈ ਤਾਂ ਉਹ ਦੂਜੀ ਚਾਹ ਦੀ ਵਰਤੋਂ ਨਹੀਂ ਕਰਦੇ ਆ ਲਗਾਤਾਰ ਔਰ ਇਹਦੇ 'ਚ ਕੁਝ ਵੀ ਪਾਉਣ ਦੀ ਲੋੜ ਨਹੀਂ ਪੈਂਦੀ ਹੈ ਨਾ ਇਹਦੇ ਚੀਨੀ ਪਾਣੀ ਨਾ ਦੁੱਧ ਪਾਉਣਾ ਓਨਲੀ ਇਹਨੂੰ ਹੀ ਇਕੱਲੇ ਨੂੰ ਅਗਰ ਅਸੀਂ ਬੋਇਲ ਕਰਕੇ ਪੀਂਦੇ ਹਾਂ ਤਾਂ ਹੈਲਥ ਲਈ ਸਾਡੇ ਲਈ ਬਹੁਤ ਅੱਛਾ ਹੈ ਬਹੁਤ ਵਧੀਆ ਇਮਿਊਨ ਸਿਸਟਮ ਨੂੰ ਵਧਾਉਂਦਾ ਹੈ ਬਹੁਤ ਵਧੀਆ ਸ਼ਰਮਾ ਸਾਹਿਬ ਇਹ ਕਿਹੜਾ ਪਲਾਂਟ ਆ ਇਹ ਪਲਾਂਟ ਅੜੂਸਾ ਹੈ ਅੜੂਸਾ ਹਾਂ ਅੜੂਸਾ ਬਾਂਸਾ ਬਸੋਟਾ ਇਹਦੇ ਹੀ ਨਾਂ ਹੈ ਇਹ ਜਿਹੜੀਆਂ 3 ਬੂਟੀਆਂ ਆਯੁਰਵੇਦ ਦੀਆਂ ਟਾਪ ਮੋਸਟ ਹੈਗੀਆਂ ਇਹ ਉਹਨਾਂ ਵਿੱਚੋਂ ਇੱਕ ਹੈ ਇਹ ਨੰਬਰ 2 ਦੀ ਬੂਟੀ ਹੈ ਅੱਛਾ ਪਹਿਲੇ ਨੰਬਰ ਤੇ ਬਣਾ ਜਿਹਨੂੰ ਨਰਗੁੰਡੀ ਕਹਿੰਦੇ ਆ ਨੰਬਰ 2 ਤੇ ਬਸੂਟੀ ਇਹ ਅੜੂਸਾ ਬਾਂਸਾ ਬਸੋਟਾ ਤੇ ਨੰਬਰ 3 ਤੇ ਬਚ ਹੈ ਬਰੇ ਬਰੇ ਅੱਛਾ ਆਹ ਵਾਲੇ ਹਾਂ ਬਰੇ ਬਰੇ ਹਾਂ ਇਹ ਬਰੇ ਕੀ ਕਰਦੀ ਹੈ ਇਹ ਵਾਲੀ ਬੂਟੀ ਕੀ ਕਰਦੀ ਹੈ ਸ਼ਵਾਸ ਰੋਗਾਂ ਦੇ ਵਿੱਚ ਬਹੁਤ ਕੰਮ ਆਉਂਦੀ ਹੈ ਵੈਸੇ ਇਹ ਤਿੰਨੋਂ ਹੀ ਬੂਟੀਆਂ ਅਲੱਗ ਅਲੱਗ 100-100 ਬਿਮਾਰੀ ਦਾ ਇਲਾਜ ਹੈ ਇਹਨਾਂ ਦੇ ਵਿੱਚ ਇਹਦੇ ਬਾਰੇ ਵਿੱਚ ਇੱਕ ਕਹਾਵਤ ਵੀ ਬਣੀ ਦੀ ਹੈ ਕਿ ਜਿੱਥੇ ਬਣਾ ਬਸੂਟੀ ਬਰੇ ਉੱਥੇ ਇਨਸਾਨ ਕਿਉਂ ਮਰੇ ਜੇ ਉੱਥੇ ਵੈਦ ਹੈ ਤੇ ਹਰ ਬਿਮਾਰੀ ਦਾ ਇਲਾਜ ਹੈ ਸਿਆਣੇ ਇਹਨਾਂ ਤਿੰਨਾਂ ਬੂਟੀਆਂ ਨੂੰ ਜ਼ਰੂਰ ਘਰ ਦੇ ਲਾਗੇ ਲਗਾ ਕੇ ਰੱਖਦੇ ਸੀ ਉਹਨਾਂ ਨੂੰ ਪਤਾ ਹੁੰਦਾ ਸੀ ਕਿਹੜੀ ਬਿਮਾਰੀ ਲਈ ਕਿਹੜੀ ਚੀਜ਼ ਦੀ ਵਰਤੋਂ ਕਰਨੀ ਹੈ ਤਾਂ ਉਹ ਇਹਦੇ ਨਾਲ ਹੀ ਆਪਣੇ ਆਪ ਨੂੰ ਠੀਕ ਕਰ ਲੈਂਦੇ ਅੱਛਾ ਇੱਕ ਨਾਲ ਹੋਰ ਹੈਗਾ ਬੂਟਾ ਇਹ ਕਿਹੜਾ ਹੈਗਾ ਆਹ ਇਹਦੇ ਵੀ ਜੀ ਇਹ ਬੂਟਾ ਜਿਹੜਾ ਹੈ ਇਹਦਾ ਨਾਂ ਸਾਊਥ ਨੇਮ ਹੈਗਾ ਕੱਪਾ ਕੱਪਾ ਸਾਊਥ ਦੇ ਵਿੱਚ ਜ਼ਿਆਦਾ ਪਾਇਆ ਜਾਂਦਾ ਵੈਸੇ ਇੱਥੇ ਇੰਡੀਆ ਦੇ ਵਿੱਚ ਵੀ ਇਹਦੀ ਖੇਤੀ ਹੋ ਰਹੀ ਹੈ ਅੱਛਾ ਮਤਲਬ ਉੱਤਰੀ ਭਾਰਤ ਦੇ ਵਿੱਚ ਵੀ ਉਹ ਇਹ ਇਹਦੇ ਨਾਂ ਨਾਲ ਜਾਣਿਆ ਜਾਂਦਾ ਤਰੁਲ ਦੇ ਨਾਂ ਨਾਲ ਤਰੁਲ ਇਹਦੀਆਂ ਜੜ੍ਹਾਂ ਸ਼ੱਕਰਕੰਦੀ ਦੀ ਤਰ੍ਹਾਂ ਆਉਂਦੀਆਂ ਇੱਕ ਇੱਕ ਪੌਦੇ ਵਿੱਚੋਂ 10-12-15 ਕਿਲੋ ਤੱਕ ਪ੍ਰੋਡਕਟ ਮਿਲ ਜਾਂਦੀ ਹੈ ਅੱਛਾ ਤਾਂ ਜਿਹਨੂੰ ਬੋਇਲ ਕਰਕੇ ਵੀ ਖਾਧਾ ਜਾਂਦਾ ਫਰਾਈ ਕਰਕੇ ਵੀ ਚਿਪਸ ਵੀ ਬਣਾਏ ਜਾਂਦੇ ਆ ਔਰ ਬਹੁਤ ਹੀ ਟੇਸਟੀ ਔਰ ਹੈਲਦੀ ਇਹਦੇ ਅੱਛਾ ਜੜ੍ਹਾਂ ਯੂਜ ਹੁੰਦੀਆਂ ਇਹਦੀਆਂ ਜੀ ਹਾਂ ਬਹੁਤ ਵਧੀਆ ਮੈਡੀਸਨਲ ਪਲਾਂਟਸ ਤੋਂ ਇਲਾਵਾ ਸ਼ਰਮਾ ਸਾਹਿਬ ਤੁਸੀਂ ਆ ਜਿਹੜੀਆਂ ਆਮ ਯੂਜ ਲਈ ਚੀਜ਼ਾਂ ਜਿਵੇਂ ਭਿੰਡੀ ਸ਼ਲਗਮ ਬੈਂਗਣ ਜੋ ਵੀ ਹੈ ਇਹ ਸਾਰਾ ਇਹ ਵੀ ਕਾਫੀ ਕੁਛ ਲਾਇਆ ਇਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਜੀ ਇਹ ਮੇਰੇ ਕੋਲ ਭਿੰਡੀ ਦੇ ਪਲਾਂਟ ਹੈ ਇਹ ਭਿੰਡੀ ਦੇ ਹਾਂਜੀ ਕਾਫੀ ਅੱਛੀ ਭਿੰਡੀ ਨਿਕਲਦੀ ਆ ਔਰ ਇਹਨਾਂ ਦੇ ਵਿੱਚ ਇੱਕ ਪਲਾਂਟ ਮੈਂ ਤੁਹਾਨੂੰ ਦਿਖਾਵਾਂਗਾ ਹਾਂਜੀ ਜਿਹਨੇ ਲਗਭਗ 200 ਦੇ ਕਰੀਬ 150 ਤੇ ਅਵੱਧ ਭਿੰਡੀ ਦੇ ਚੁੱਕਿਆ ਹੈ ਪਲਾਂਟ ਸਾਈਜ਼ ਦੇਖੋ ਮੇਰੇ ਨਾਲੋਂ 2 ਗੁਣਾ ਵੱਡਾ ਹੋ ਗਿਆ ਔਰ ਇਹਦੇ ਟਾਪ ਤੇ ਮੈਂ ਇੱਥੋਂ ਗਿਣਨਾ ਸ਼ੁਰੂ ਕੀਤਾ ਸੀ ਭਿੰਡੀ ਇੱਥੋਂ ਮਿਲਣੀ ਸ਼ੁਰੂ ਹੋਈ ਸੀ ਉੱਪਰ ਤੱਕ ਜਾਂਦੇ ਜਾਂਦੇ ਇਹਦੀ ਕੋਈ 150 ਤੋਂ ਜ਼ਿਆਦਾ ਭਿੰਡੀ ਆ ਚੁੱਕੀ ਹੈ ਇਹ ਦੋਨੋਂ ਤਨੇ ਵੀ ਇਹਦੇ ਹੀ ਹੈ ਇਸੇ ਪਲਾਂਟ ਦੇ ਇੱਕੋ ਪਲਾਂਟ ਓ ਅੱਛਾ ਇਹ ਤਾਂ 10-15-20 ਕਿਲੋ ਭਿੰਡੀ ਹੋ ਗਈ ਹੋਣੀ ਹੈ ਜੀ 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 ਵਾਹ ਇੱਕੋ ਇੱਕੋ ਬੂਟਾ ਲਾ ਲਓ ਹਾਂ ਇੱਕੋ ਹੀ ਬੂਟਾ ਜਿਹੜਾ ਹੈ ਆਹ ਦੇਖੋ ਨਾ ਉੱਤੇ ਵੀ ਦੇਖ ਅਜੇ ਤਾਂ ਵੀ ਭਿੰਡੀ ਲੱਗੀ ਆ ਦਰਸ਼ਕੋ ਆਹ ਦੇਖੋ ਆਹ ਹਾਈਟ ਮੇਰੇ ਖਿਆਲ ਇਹਦੀ 8 ਫੁੱਟ ਤੇ ਚਲੀ ਗਈ ਹੈ ਹਾਂ ਜ਼ਿਆਦਾ ਹੋ ਗਈ ਹੋਣੀ ਹੈ ਹਾਂ ਵਾਹ ਆਹ ਦੇਖੋ ਅਜੇ ਤਾਂ ਹੀ ਭਿੰਡੀ ਲੱਗੀ ਹੈਗੀ ਆ ਹੋਰ ਵੀ ਉੱਪਰ 2-3 ਲੱਗੀਆਂ ਹੈਗੀਆਂ ਬਹੁਤ ਇਹ ਅਰਬੀ ਦੇ ਪਲਾਂਟ ਹੈਗੇ ਆ ਅੱਛਾ ਇਹ ਅਰਬੀ ਦੇ ਪਲਾਂਟ ਇਹ ਪੰਜਾਬੀ ਬੰਦੇ ਇਹਦੇ ਪਤੀੜ ਬਣਾਉਂਦੇ ਆ ਪੱਤਿਆਂ ਦੇ ਹਾਂਜੀ ਹਾਂਜੀ ਇਹਦੇ ਡੰਡੀਆਂ ਦੀ ਵੀ ਸਬਜ਼ੀ ਬਣਦੀ ਹੈ ਅਤੇ ਜੜ੍ਹਾਂ ਦੇ ਵਿੱਚ ਅਰਬੀ ਨਿਕਲਦੀ ਹੈ ਚਲੋ ਹਾਂਜੀ ਲੋਕੀ ਦਾ ਪਲਾਂਟ ਹੈ ਅੱਗੇ ਬੇਲ ਲੋਕੀ ਅੱਗੇ ਲੋਕੀ ਦੀਆਂ ਹਾਂਜੀ ਹਾਂਜੀ ਫਲ ਲੱਗਿਆ ਦਿਖਾਉਣਾ ਆਪ ਜੀ ਨੂੰ ਹਾਂਜੀ
चलो इन घर जाके बनाने। अच्छा शर्मा साहब तुसी बहुत सोहनिया गल्लां दर्शकों नूं दसियां, बहुत बहुत मेहरबानी, धन्यवाद। अगाँह भी असी होर टॉपिक करते रहेंगे। बहुत बहुत मेहरबानी, धन्यवाद। थैंक यू वेरी मच। थैंक यू।